हाँ जी, सत श्री अकाल जी, सारिआं नूं स्वागत है जी थोड़ा अपने पेज 34 चक वाले चैनल ते। अज आपां लैणा है जी जोंडियर ट्रैक्टर। बाई उहनी भूरे ढाबे वाले वीर ने अज ट्रैक्टर लैण लग्गिआ, जोंडियर ट्रैक्टर 4x4 CRD ट्रैक्टर है ये बाई जी। ते बहुत घट पंजाब दे विच ट्रैक्टर आए ने, हले बुकिंग पर ट्रैक्टर मिलिआ ये। अज तुहानूं आपां दिखाउने आ ट्रैक्टर दे फंक्शन की ने, ते आपां इह ट्रैक्टर ही क्यों पसंद करिआ ਤੁਹਾਨੂੰ ਇਕੱਲੀ ਇਕੱਲੀ ਗੱਲ ਦੱਸਦੇ ਹਾਂ। ਅਤੇ ਕੁਛ ਤਾਂ ਇਹ ਭੂਰੇ ਬਾਈ ਦੀ ਪਸੰਦ ਸੀ USA ਵਾਲੇ ਦੀ, ਅਤੇ ਆ ਜਾਓ ਆਪਾਂ ਦੇਖਦੇ ਹਾਂ। ਬਾਈ ਜਵਾਕ ਬਿਠਾਉਣ ਲੱਗਿਆ ਵਾ, ਪਰ ਬਾਬੇ ਟਰੈਕਟਰ ਦੇਖੋ ਪਹਿਲਾਂ, ਛੋਟਾ ਮੋਤੀ ਆ ਉਹ। ਝੋਟੇ ਵਾਲਾ ਹੀ ਕੰਮ ਆ, ਮਿਲਾਉਂਦੇ ਤੁਹਾਨੂੰ ਕੁਲਵਿੰਦਰ ਬਾਈ ਨਾਲ ਨਾ, ਜਿਹੜੇ ਉਰੇ ਸੇਲ ਪਰਚੇਸ ਦਾ ਕੰਮ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ? ਬਸ ਵਧੀਆ ਜੀ, ਵਧੀਆ। ਅੱਛਾ ਵੀਰੇ, ਇਸ ਟਰੈਕਟਰ ਦੇ ਵਿੱਚ ਆਪਾਂ ਜਿਹੜਾ ਲੈ ਰਹੇ ਹਾਂ ਜੌਂਡੀਅਰ 5405, ਅਤੇ ਉਹਦੇ ਵਿੱਚ ਕੀ ਫੰਕਸ਼ਨ ਆ? ਅਤੇ ਆਪਣਾ 5405 ਦੂਏ ਟਰੈਕਟਰ ਵਿਦਆਊਟ CRD ਦੇ ਵਿੱਚ ਵੀਰੇ? CRD 'ਚ? ਹਾਂਜੀ, CRD ਦੇ ਵਿੱਚ ਵੀਰੇ ਆਪਣਾ ਇੱਕ ਤਾਂ ਇਹਦਾ ਇੰਜਣ ਆ ਜੀ। ਹਾਂਜੀ, ਇਹ ਬਾਹਰਲਾ ਫਰਾਂਸ ਮੇਡਿੰਗ ਫਰਾਂਸ ਦਾ ਇੰਜਣ ਆ ਗਿਆ ਜੀ ਕੰਪਨੀ ਵੱਲੋਂ। ਇਹਦਾ ਫਰਾਂਸ ਦਾ ਇੰਜਣ ਆ? ਹਾਂਜੀ। ਉਸ ਤੋਂ ਬਾਅਦ ਵੀਰੇ ਜਿਹੜਾ CRD ਮਾਡਲ ਕੀਤਾ ਹੈ, ਇਹ ਇਨਲਾਈਨ ਪੰਪ ਆ। ਦੂਜਾ ਜਿਹੜਾ ਮਾਡਲ ਆਉਂਦੇ ਨੇ ਜੀ, ਪਹਿਲੇ ਮਾਡਲ ਆਪਣੇ ਇਹ ਟਰੈਕਟਰ ਆਉਂਦੇ ਨੇ। ਇਹ ਵੀਰੇ 5405 ਆ? ਹਾਂਜੀ, ਜਿਹੜਾ ਪਹਿਲਾ ਮਾਡਲ ਇਹ CRD ਆ 5405। ਅਤੇ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਆ? ਇਹਦਾ ਹੈਗਾ ਜਿਹੜਾ ਇੰਜਣ ਉਹ ਫਰਾਂਸ ਦਾ, ਅਤੇ ਜਿਹੜਾ ਇਹਦਾ ਇੰਜਣ ਆ ਉਹ ਪੁਨੇ ਤਿਆਰ ਹੁੰਦਾ। ਅਤੇ ਤੁਹਾਨੂੰ ਦਿਖਾ ਵੀ ਦਿੰਦੇ ਆਪਾਂ, ਇੱਥੇ ਕੋਟਵਾਰ ਆ, ਆਹ ਲਿਖਿਆ ਵਾ ਸਾਹਮਣੇ ਪੂਨਾ। ਅਤੇ ਹੋਰ ਬਾਈ ਜੀ, ਜੋ ਵੀ ਕੰਪਨੀ ਵੀਰੇ ਉਰੇ ਪਲਾਂਟ ਦੇ ਵਿੱਚ ਤਿਆਰ ਹੋ ਕੇ ਇਹ ਸਪੋਰਟ ਮਾਡਲ ਇੰਡੀਆ ਦੇ ਵਿੱਚ ਲਾਂਚ ਕੀਤਾ ਕੰਪਨੀ। ਹਾਂਜੀ, CRD ਮਾਡਲ ਇਹ ਸਪੋਰਟ ਮਾਡਲ ਆ ਵੀਰੇ। ਅੱਛਾ ਜੀ। ਉਸ ਤੋਂ ਬਾਅਦ ਵੀਰ ਜੀ, ਇਸ ਦੇ ਵਿੱਚ ਜੋ ਸਿਸਟਮ ਆ ਜੀ, ਜਿਹੜਾ ਇੰਜਣ ਆ ਵੀਰੇ, ਪੰਪ ਆ, ਇਲੈਕਟ੍ਰੋਨਿਕ ਪੰਪ ਆ ਜੀ ਇਹਦੇ ਵਿੱਚ ਟਰੈਕਟਰ ਦੇ ਵਿੱਚ। ਠੀਕ ਹੈ ਜੀ। ਕਾਫੀ ਫਿਊਚਰ ਆਉਂਦਾ ਇਹਨਾਂ ਨਾਲੋਂ, ਚੇਂਜਸ ਆ ਜੀ ਟਰੈਕਟਰ ਦੇ ਵਿੱਚ। ਬਾਕੀ ਲੁੱਕ ਵਾਈਜ਼ ਤੁਹਾਡੇ ਸਾਹਮਣੇ ਦੋਨੇ ਹੀ ਮਾਡਲ ਖੜੇ ਨੇ ਜੀ ਟਰੈਕਟਰ ਦੇ। ਠੀਕ ਹੈ ਜੀ। CRD ਦੇ ਉੱਤੇ ਪਾਵਰ ਆ, ਸੇਮ ਬਰਾਬਰ ਆ ਜੀ ਟਰੈਕਟਰ। ਅਤੇ ਤੁਸੀਂ ਇਹਦੀਆਂ ਬ੍ਰੇਕਾਂ ਬਾਰੇ ਵੀ ਦੱਸ ਰਹੇ ਸੀ ਮੈਨੂੰ। ਹਾਂਜੀ, ਜਿਹੜੀ ਇਹਦੀ ਬ੍ਰੇਕ ਆ ਵੀਰ ਜੀ, ਇਹ ਤੇਲ 'ਚ ਡੁੱਬੀਆਂ ਆਟੋ ਐਡਜਸਟ ਬ੍ਰੇਕ ਆ ਵੀਰ ਜੀ ਇਹਦੀ। ਕਦੇ ਵੀ ਬ੍ਰੇਕ ਦੀ ਕੋਈ ਐਡਜਸਟਮੈਂਟ ਨਹੀਂ ਜੀ, ਕਿਉਂਕਿ ਇਹ ਸਾਰੇ ਮਾਡਲਾਂ 'ਚ ਹੀ ਆਉਂਦਾ ਜੀ ਆਪਣਾ। ਇਹ ਆਪਣਾ 5210 ਤੋਂ ਲੈ ਕੇ 5410, 5405 ਇਨਲਾਈਨ ਪੰਪ ਅਤੇ CRD 'ਚ। ਠੀਕ ਹੈ। ਅਤੇ ਇੱਕ ਤੁਸੀਂ ਮੈਨੂੰ ਦੱਸ ਰਹੇ ਸੀ ਕੱਲ੍ਹ ਵੀ ਇਹਦਾ ਪਾਰਕਿੰਗ ਵਾਲਾ ਵੀ ਹੈਗਾ। ਹਾਂਜੀ ਹਾਂ, ਆਮ ਟਰੈਕਟਰਾਂ ਦੇ ਵਿੱਚ ਜਿਹੜੀ ਪਾਰਕਿੰਗ ਆਪਾਂ ਕਢਾਉਣੀ ਆ ਜੀ, ਉਹ ਬ੍ਰੇਕਾਂ ਤੋਂ ਕੀਤੀ ਜਾਂਦੀ ਆ ਜੀ। ਹਾਂਜੀ, ਬ੍ਰੇਕਾਂ ਨੂੰ ਪਾਰਕਿੰਗ ਕੀਤਾ ਜਾਂਦਾ ਇਸ ਟਰੈਕਟਰ ਦੇ ਵਿੱਚ। ਪਾਰਕਿੰਗ ਲਿਆਓ ਕਿਹੜਾ ਲੱਗਦਾ ਜੀ, ਉਹ ਗੇਅਰ ਦੇ ਵਿੱਚ ਆ ਬਾਈ, ਗੇਅਰ ਦੇ ਵਿੱਚ ਹੀ ਪਾਰਕਿੰਗ ਲੋਕ ਆ ਪੀ ਲਿਖਿਆ ਵਾ। ਜਦੋਂ ਆਪਾਂ ਨੇ ਪਾਰਕਿੰਗ ਖੜਾਉਣਾ ਜੀ, ਜਦੋਂ ਗੇਅਰ ਲੋਕ ਕਰਕੇ ਲੱਗ ਜਾਣਾ ਜੀ, ਇੱਦਾਂ ਕਰਕੇ ਗੇਅਰ ਲੱਗ ਜਾਂਦੀ ਹੈ ਪਾਰਕਿੰਗ ਲੋਕ। ਅਤੇ ਬਾਈ ਜੀ, ਇਹਦੀ ਹੌਸ ਪਾਵਰ ਕਿੰਨੀ ਆ? ਹੌਸ ਪਾਵਰ ਵੀਰ ਜੀ ਇਹ ਆਏਗਾ ਜੀ 63 HP ਦਾ ਟਰੈਕਟਰ। 63 HP ਦਾ ਚੈੱਕ, ਜਿਹੜਾ 5310 ਆ ਉਹ ਹੈਗਾ 55 horsepower। ਅਤੇ ਉਸ ਤੋਂ ਬਾਅਦ ਵੀਰੇ ਪਿੱਛੇ ਤੋਂ ਇਸ ਟਰੈਕਟਰ ਦਾ ਦੇਖੋ ਰੀਮਾ ਸਾਇਜ਼ ਦਾ ਵੀ ਚੇਂਜ ਕੀਤਾ ਇਸ ਨਾਲ ਕੰਪਨੀ ਨੇ ਜੀ। ਇਹ ਬਾਈ ਰੀਮਾ ਦਾ ਵੀ ਫਰਕ ਆ, ਇਹਦਾ ਰੀਮਾ ਐਵੇਂ ਦਿਖਦਾ ਅਤੇ ਇਹਦਾ ਰਿਮ ਐਵੇਂ ਦਿਖਦਾ, ਉਲਟ ਘੁਮਾਤਾ ਅੰਦਰ ਨੂੰ। ਉਸ ਤੋਂ ਬਾਅਦ ਵੀਰੇ ਪਿੱਛੇ ਆਮ ਟਰੈਕਟਰਾਂ ਨੂੰ ਜਿਹੜੇ ਆਉਂਦੇ ਸੀ ਆਪਣੇ ਦੂਜੇ ਮਾਡਲਾਂ ਨੂੰ, ਡਿਸਟ੍ਰੀਬਿਊਟਰ ਸਿੰਗਲ ਆਉਂਦਾ ਸੀ, ਇਸ ਨੂੰ ਡਬਲ ਆ ਗਿਆ ਵੀਰ ਜੀ। ਅੱਛਾ ਜੀ। ਦੋ ਜਿਵੇਂ ਜਿੱਦਾਂ ਦੇ ਹੁਣ ਇੰਪਲੀਮੈਂਟ ਵਗੈਰਾ ਨੇ ਜੀ, ਬਾਕੀ ਮਗਰਾਡਾਂ ਦੀ ਸੇਪ ਵਗੈਰਾ ਉਹ ਚੇਂਜ ਕਰਤੀ ਆ ਜੀ, ਖੋਲ੍ਹਤੇ ਨੇ ਵਿੱਚੋਂ, ਉੱਚੇ ਚਾਕੇ ਲਾਤੇ ਨੇ ਜੀ। ਅਤੇ ਜਿਹੜੀ ਇਹਦਾ ਟੈਂਕ ਆ ਜੀ ਡੀਜ਼ਲ ਲੀਟਰ, ਇਹ ਪਹਿਲਾ ਟਰੈਕਟਰ ਦਾ 68 liter ਆ ਅਤੇ ਇਹਦਾ 71 liter ਦਾ ਵੀਰ ਜੀ। ਬਾਈ ਇਹਦੀ ਟੈਂਕੀ ਆ ਨਾ ਬਾਈ, ਜਿਹੜੀ ਤੁਸੀਂ ਹੈ ਨਹੀਂ ਦੇਖ ਰਹੇ ਆ, ਇਹ 71 liter ਦੀ ਆ ਇਸ ਟਾਈਮ, ਜਿਹੜਾ ਉਹਦੀ ਆ ਉਹਦੀ 65 liter ਦੀ ਸੀ।
ਤੇ ਵੀਰੇ ਤੁਸੀਂ ਮੈਨੂੰ ਕੱਲ ਇੱਕ ਚੱਕਰਾਂ ਬਾਰੇ ਵੀ ਦੱਸ ਰਹੇ ਸੀ ਵੀ ਇਹਦੇ ਚੱਕਰ ਆ ਜਿਹੜਾ ਪਹਿਲਾ ਮਾਡਲ ਆਉਂਦਾ ਸੀ ਵੀਰੇ 5310 ਤੇ 5305 ਤਾਂ ਚਲੋ ਇਹੀ ਆਇਆ ਜੀ 2100 ਰੇਟਡ RPM ਚੱਕਰ ਤੇ ਜਿਹੜੇ ਕਸਟਮਰ ਵੀਰ ਕਹਿੰਦੇ ਸੀਗੇ ਵੀ ਟਰੈਕਟਰ ਦਾ ਰੋਡ ਤੇ ਖਰਚਾ ਜ਼ਿਆਦਾ ਸੀਗਾ ਉਦੋਂ ਉਸਦੀ ਦੀ ਰੋਡ ਸਪੀਡ ਘੱਟ ਸੀਗੀ ਜੀ ਹੁਣ ਰੋਡ ਸਪੀਡ ਵੀ ਪ੍ਰਤੀ ਘੰਟਾ 42 ਕਿਲੋਮੀਟਰ ਹੈ ਜੀ ਇਸ ਦੀ ਠੀਕ ਹੈ ਜੀ ਜਿਹੜੇ ਇੰਜਨ ਰੇਟਡ RPM ਨੇ ਜੀ ਉਹ ਟਰੈਕਟਰ ਦੇ ਵਿੱਚ ਹੈਗਾ ਜੀ ਆਪਣਾ 2100 ਚੱਕਰ 5310 ਜਿਹੜੇ 20 ਮਾਡਲ ਤੱਕ ਆਏ ਨੇ ਜੀ ਉਹਨਾਂ 'ਚ ਆਉਂਦਾ ਹੁੰਦਾ ਸੀ ਪਹਿਲੇ ਮਾਡਲਾਂ 'ਚ 2400 ਰੇਟਡ RPM ਬਾਕੀ ਉਸਦੇ ਵਿੱਚ ਵੀਰੇ ਦੋ ਇੱਕ ਇੱਕੋ ਮੂਡ ਆ ਜੀ ਇਸ ਟਰੈਕਟਰ ਦੇ ਵਿੱਚ ਲੱਗਿਆ ਜੀ ਉਹ ਦੇਖੋ ਸਾਹਮਣੇ ਆ ਜਾਓ ਅਤੇ ਇੱਕੋ ਮੂਡ ਆ ਵੀਰੇ ਅਤੇ ਜੇ ਤੁਸੀਂ ਇੱਕੋ ਤੋਂ ਚਲਾਉਂਦੇ ਹੋ ਵੀਰੇ ਤਾਂ 45-50 HP ਆ ਜੀ ਸਟੈਂਡਰਡ ਮੂਡ ਦੇ ਵਿੱਚ ਚਲਾਵੋਗੇ ਤਾਂ 65 HP ਦੇ ਵਿੱਚ ਇਹਦੇ ਵਿੱਚ ਦੋ ਇੰਜਣ ਦੇ ਮੂਡ ਲੈਣੇ ਗੱਡੀ ਵਾਂਗ ਅਤੇ ਇਹਦਾ ਸਟੀਅਰਿੰਗ ਵੀ ਗੱਡੀ ਵਾਂਗ ਆ ਫਿਰ ਠੀਕ ਆ ਬਾਈ ਜੀ ਬਾਈ ਕੁਲਵਿੰਦਰ ਵੀਰੇ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਪ੍ਰੋਪਰ ਟਰੈਕਟਰ ਬਾਰੇ ਨੌਲੇਜ ਲੈਣ ਵਾਸਤੇ ਅਤੇ ਬਾਈ ਇਹਨਾਂ ਦੀ ਏਜੰਸੀ ਆ ਜਿਹੜੀ ਸਰਹੰਦ ਦਾਣਾ ਮੰਡੀ ਹੈੱਡ ਆਫਿਸ ਬਾਈ ਇਹਨਾਂ ਦਾ ਸਮਰਾਲੇ ਆ ਸਰਹੰਦ ਦਾਣਾ ਮੰਡੀ ਦੇ ਵਿੱਚ ਬਾਈ ਇਹਨਾਂ ਦੀ ਏਜੰਸੀ ਆ ਅਤੇ ਬਾਈ ਨਾ ਹੀ ਗਾਈਡਲਾਈਨ ਬਹੁਤ ਵਧੀਆ ਕਰਦੇ ਆ ਅਤੇ ਪ੍ਰੋਪਰ ਇਕੱਲੀ ਇਕੱਲੀ ਜਾਣਕਾਰੀ ਪੂਰੀ ਡੀਪ ਦੇ ਵਿੱਚ ਦਿੰਦੇ ਆ ਠੀਕ ਆ ਬਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਰੇ ਠੀਕ ਆ ਕੁਲਵਿੰਦਰ ਵੀਰੇ ਇਹ ਸਾਹਮਣੇ ਇਹਦੀ ਪਲੇਟ ਵੀ ਲੱਗੀ ਵੀ ਮੈਂ ਤੁਹਾਨੂੰ ਦਿਖਾਉਂਦਾ ਹੈ ਲਓ ਜੀ ਬਾਈ ਉੱਪਰ ਬਹਿ ਗਿਆ ਟਰੈਕਟਰ ਦੇ ਪੂਰਾ ਜੰਟੀ ਬੈਠਾ ਮਗਰ ਇੱਧਰ ਬਿੱਲੇ ਬਾਈ ਨਹੀਂ ਇੱਧਰ ਬੀਜਾ ਆਪਣਾ ਆਰਤ ਕਿਹੜਾ ਕਰਦਾ ਇੱਧਰ ਬਿੱਲੂ ਬਾਈ ਆਪਣਾ ਜੰਡ ਪਿੰਡ ਆਨੰਦ ਬਗਲੋੜ ਦੀ ਧਰਤੀ ਦਾ ਚੋਪਰ ਆ ਉਹਦੀ ਬੱਲੇ ਬੱਲੇ ਕਰਾਈ ਆ ਇਸ ਬੰਦੇ ਨੇ ਵੀ ਬਾਈ ਕਿਸੇ ਦਿਨ ਤੁਹਾਨੂੰ ਇਸ ਬੰਦੇ ਨਾਲ ਵੀ ਗੱਲਾਂ ਸਾਂਝੀਆਂ ਕਰਾਂਗੇ ਬਾਈ ਦੇ ਬਲਦ ਰੱਖੇ ਹੋਏ ਸੀ ਕਾਲਾ ਬੱਚਾ ਰੱਖਿਆ ਹੋਇਆ ਸੀ ਬਾਈ ਨੇ ਪੂਰਾ ਨਾਮ ਖੱਟਿਆ ਅਤੇ ਅੱਜ ਬਾਈ ਇਹਨਾਂ ਦੇ ਕੁੱਤੇ ਵੀ ਦੌੜਦੇ ਆ ਤੁਹਾਨੂੰ ਕਿਸੇ ਨੇ ਮੁਲਾਕਾਤ ਕਰਾਵਾਂਗੇ ਬਾਈ ਇਹਨਾਂ ਦੇ ਕੁੱਤੇ ਵੀ ਦਿਖਾ ਕੇ ਲੈ ਕੇ ਆਵਾਂਗੇ ਉਹ ਪਿੱਛੇ ਸ਼ੇਰਾ ਅੰਕਲ ਖੜਾ ਆਪਣਾ ਕਿੰਗ ਸਾਹਿਬ ਗਾਜੀਪ੍ਰੀਆ ਚਲਾ ਰਿਹਾ ਟਰੈਕਟਰ ਜੀ ਆਪਣੇ ਵਾਲਾ ਤਾਇਆ ਆਪਣਾ ਵੀਰ ਨਾ ਜੀ ਬਾਈ ਜਾਂਟੀ ਪਾਰਟੀ ਹੋ ਗਈ ਵੀਰੇ ਪੂਰੀ ਖੁਸ਼ੀ ਆ ਟਰੈਕਟਰ ਦੀ ਬਾਈ ਨੂੰ ਮੁਬਾਰਕਾਂ ਦੇ ਬਾਹਰ ਵਾਲੇ ਨੂੰ ਵੀ US ਵਾਲੇ ਵੀਰ ਨੂੰ ਦਵਿੰਦਰ ਨੂੰ ਮੁਬਾਰਕਾਂ ਬਾਈ ਬਹੁਤੀਆਂ ਬਹੁਤੀਆਂ ਜੀ ਬਾਈ ਤੁਹਾਨੂੰ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਖੁਸ਼ੀ ਆ ਬਾਈ ਅੱਜ ਨਵੀਂ ਚੀਜ਼ ਚੱਲੀ ਆ ਘਰ ਨੂੰ ਬਾਈ ਦਾ ਮਿੱਤਰ ਬਾਈ ਤੁਹਾਨੂੰ ਵੀ ਪੂਰੀ ਖੁਸ਼ੀ ਆ ਅੱਜ ਤੁਹਾਡੇ ਯਾਰ ਨੇ 4x4 ਟਰੈਕਟਰ ਘਰ ਨੂੰ ਲੈ ਕੇ ਚੱਲਿਆ ਖੁਸ਼ੀ ਲੱਗੇ ਹਾਂ ਤੁਸੀਂ ਦੁਆਰੇ 'ਤੇ ਲੱਗੇ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਆਪਾਂ ਮੱਥਾ ਟੇਕਣ ਆਏ ਹਾਂ ਜੀ ਨਵਾਂ ਟਰੈਕਟਰ ਲਿਆ ਹੈ ਨਹੀਂ ਬਾਈ ਨੇ ਟਰੈਕਟ ਮੱਥਾ ਟੇਕਣ ਗਏ ਵੀ ਅੰਦਰ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਹਾਂਜੀ ਟਰੈਕਟਰ ਲੈ ਲਿਆ ਆਪਾਂ ਨੇ ਜੀ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਲਿਆ ਅਤੇ ਹੁਣ ਘਰ ਨੂੰ ਚੱਲੇ ਹਾਂ ਆਪਾਂ ਜਿਵੇਂ ਜਿਵੇਂ ਬੰਦਾ ਮਿਹਨਤ ਕਰਦਾ ਰਹਿੰਦਾ ਉਵੇਂ ਉਵੇਂ ਬੁਲੰਦੀਆਂ 'ਤੇ ਪਹੁੰਚਦਾ ਰਹਿੰਦਾ ਅਤੇ ਬਾਈ ਇਹਨਾਂ ਨੇ ਹੱਡ ਤੋੜ ਕੇ ਮਿਹਨਤ ਕਰੀ ਆ ਠੀਕ ਆ ਸਾ ਭੂਰੇ ਵੀਰ ਨੇ 7 ਸਮੁੰਦਰਾਂ ਪਾਰ ਬੈਠ ਕੇ ਮਿਹਨਤ ਕਰੀ ਆ ਤਾਂ ਕਿਤੇ ਜਾ ਕੇ ਸ਼ੌਂਕ ਪੂਰੇ ਹੁੰਦੇ ਆ ਸਵਾਦ ਉਦੋਂ ਹੀ ਆਉਂਦਾ ਜਦੋਂ ਤੁਸੀਂ ਆਪਣੀ ਮਿਹਨਤ ਦੇ ਪੈਸੇ ਨਾਲ ਆਨਾ ਆਨਾ ਜੋੜ ਕੇ ਆਪਣੇ ਸੁਪਨੇ ਪੂਰੇ ਕਰਦੇ ਆ ਨਾ ਉਹ ਸੁਪਨੇ ਦਾ ਆਨੰਦ ਦੁੱਗਣਾ ਅਤੇ ਤਿੱਗਣਾ ਹੋ ਜਾਂਦਾ ਵਾਹਿਗੁਰੂ ਬਾਈ ਇਹਨਾਂ ਨੂੰ ਬੁਲੰਦੀਆਂ ਤੱਕ ਪਹੁੰਚਾਵੇ ਹੋਰ ਤਰੱਕੀਆਂ ਦੇਵੇ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਆਪਾਂ ਬਹੁਤ ਜਲਦ ਅਗਲੀ ਵੀਡੀਓ ਦੇ ਨਾਲ ਜਿਹੜੇ ਚੈਨਲ 'ਤੇ ਨਵੇਂ ਆਏ ਸੀ ਉਹ ਸਬਸਕ੍ਰਾਈਬ ਕਰ ਲਿਓ ਚੈਨਲ ਧੰਨਵਾਦ ਜੀ ਸਾਰਿਆਂ ਨੂੰ